ਪੰਜਾਬ ਵਿੱਚ ਭਖਿਆ ਪੰਜਾਬੀ ਮਾਂ ਬੋਲੀ ਦਾ ਮਸਲਾ ਜੋ ਗਾਹੇ ਬਗਾਹੇ ਲਗਾਤਾਰ ਚੱਲਦਾ ਰਹਿੰਦਾ ਹੈ। ਇਸ ਮਸਲੇ ਵਿੱਚ ਇੱਕ ਪੱਖ ਹੈ ਆਪਣੇ ਵਾਹਨਾਂ ਦੀਆਂ ਨੰਬਰ ਪਲੇਟਾਂ ਆਦਿ ਨੂੰ ਪੰਜਾਬੀ ਵਿੱਚ ਲਿਖਵਾਉਣ ਦਾ ਰੁਝਾਨ। ਬਹੁਤ ਵਾਰ ਪੰਜਾਬੀ ਲੋਕ ਇਹ ਸਵਾਲ ਕਰਦੇ ਹਨ ਕਿ ਕੀ ਪੰਜਾਬੀ ਵਿੱਚ ਵਾਹਨ ਦਾ ਨੰਬਰ ਪਲੇਟ 'ਤੇ ਨੰਬਰ ਲਿਖਵਾਇਆ ਜਾ ਸਕਦਾ ਹੈ, ਕਿ ਇਸ ਦਾ ਕੋਈ ਚਲਾਨ ਤਾਂ ਨਹੀਂ ਹੁੰਦਾ। ਜਿਨ੍ਹਾਂ ਨੇ ਨੰਬਰ ਪੰਜਾਬੀ ਵਿੱਚ ਲਿਖਵਾਇਆ ਹੋਵੇ ਉਹ ਇਹ ਸ਼ਿਕਾਇਤ ਜਾਂ ਸਵਾਲ ਕਰਦੇ ਹਨ ਕਿ ਪੁਲਿਸ ਵਾਲੇ ਉਹਨਾਂ ਦਾ ਚਲਾਨ ਕਰਦੇ ਹਨ ਕਿ ਨੰਬਰ ਪੰਜਾਬੀ ਵਿੱਚ ਕਿਉਂ ਹੈ। ਇਸ ਮਸਲੇ ਦਾ ਹੱਲ ਕੱਢਿਆ ਹੈ ਭਾਈ ਬਲਦੇਵ ਸਿੰਘ ਵਡਾਲਾ ਨੇ, ਜਿਨ੍ਹਾਂ ਨੇ ਸੰਗਤ ਦੇ ਨਾਲ ਉਹ ਸਬੂਤ ਸਾਂਝੇ ਕੀਤੇ ਹਨ ਜੋ ਪੰਜਾਬੀਆਂ ਨੂੰ ਇਹ ਹੱਕ ਦਿੰਦੇ ਹਨ ਕਿ ਉਹ ਆਪਣੇ ਵਾਹਨਾਂ ਦੀਆਂ ਨੰਬਰ ਪਲੇਟਾਂ, ਘਰਾਂ ਦੀਆਂ ਤਖਤੀਆਂ ਅਤੇ ਹੋਰ ਕੰਮਕਾਰ, ਸਰਕਾਰੀ ਕੰਮ ਆਦਿ ਪੰਜਾਬੀ ਵਿੱਚ ਕਰ ਸਕਦੇ ਹਨ। ਕੀ ਹਨ ਉਹ ਸਬੂਤ, ਸੁਣੋ ਭਾਈ ਵਡਾਲਾ ਕੋਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਭਾਸ਼ਾ ਨੂੰ ਲੈ ਕੇ ਸਾਡੇ ਬਜ਼ੁਰਗਾਂ ਨੇ ਉਹਦੇ ਸਤਿਕਾਰ ਵਜੋਂ 1967 ਦੇ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਇਹ ਮਤਾ ਪਾਸ ਕੀਤਾ। ਪੰਜਾਬ ਵਿੱਚ ਰਹਿਣ ਵਾਲਿਆਂ ਨੂੰ ਪੰਜਾਬੀ ਬੋਲਣੀ ਵੀ ਪਊ, ਲਿਖਣੀ ਵੀ ਪਊ ਅਤੇ ਪੜ੍ਹਨੀ ਵੀ ਪਊ। ਜਿਹੜੀਆਂ ਕੁਝ ਏਜੰਸੀਆਂ ਜਾਂ ਇੱਥੇ ਕੰਪਨੀਆਂ ਕੰਮ ਕਰਦੀਆਂ ਨੇ ਜੋ ਕਹਿੰਦੇ ਨੇ ਸਾਨੂੰ ਪੰਜਾਬੀ ਨਹੀਂ ਆਉਂਦੀ, ਉਹ ਇਸ ਕਾਨੂੰਨ ਮੁਤਾਬਕ ਇੱਥੋਂ ਜਾ ਸਕਦੇ ਨੇ। ਔਰ ਨਾਲ ਅਸੀਂ 550 ਸਾਲ 'ਤੇ ਬੇਨਤੀ ਕਰਦੇ ਹਾਂ ਕਿ ਆਓ ਮਾਂ ਬੋਲੀ ਇਸ ਪੰਜਾਬੀ ਨੂੰ, ਜਿਸ ਗੁਰਮੁਖੀ ਰਾਹੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਧੁਰਕੀ ਬਾਣੀ ਸਾਨੂੰ ਬਖਸ਼ੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰਮੁਖੀ ਵਿੱਚ ਉਹਨਾਂ ਦੀ ਸੰਪਾਦਨਾ ਹੋਈ, ਅੱਜ ਇਸ ਗੁਰਮੁਖੀ ਪਾਤਸ਼ਾਹ ਨੂੰ ਹਮੇਸ਼ਾ ਲਈ ਘਰ ਘਰ ਪਹੁੰਚਾਉਣ ਵਾਸਤੇ, ਜਿਉਂਦੇ ਰੱਖਣ ਲਈ 550 ਸਾਲ 'ਤੇ ਬੇਨਤੀ ਕਰਦਾ ਹੈ ਕਿ ਆਪਣੇ ਘਰਾਂ ਦੀਆਂ ਤਖਤੀਆਂ, ਗੱਡੀਆਂ ਦੀਆਂ ਤਖਤੀਆਂ ਜਾਂ ਤੁਹਾਡੇ ਮੋਟਰਸਾਈਕਲ ਨੇ, ਟਰੈਕਟਰ ਨੇ, ਉਹਨਾਂ ਦੇ ਸਾਰੇ ਤਕਰੀਬਨ ਜਿਹੜੇ ਨੰਬਰ ਨੇ ਉਹ ਪੰਜਾਬੀ ਦੇ ਵਿੱਚ ਲਿਖੇ ਜਾਣ। ਔਰ ਮੇਰੇ ਕੋਲ ਇਹ ਵੀ ਮਸਲੇ ਆਏ ਨੇ ਵੀ ਸਾਡੇ ਪੁਲਿਸ ਵਾਲਿਆਂ ਵੀਰਾਂ ਨੇ ਕੁਝ ਥਾਵਾਂ 'ਤੇ ਸਾਡੇ ਚਲਾਨ ਕੱਟੇ ਨੇ, ਅਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਇਹ ਕਾਪੀ ਸਾਡੇ ਤੋਂ ਲੈ ਲੈਣ, ਸਿੱਖ ਸਦਭਾਵਨਾ ਦਲ ਤੋਂ ਜਿੱਥੇ ਕਹਿਣ ਅਸੀਂ ਉਹਨਾਂ ਨੂੰ ਮੇਲ ਪਾ ਦਿਆਂਗੇ। ਇਹ ਕਾਪੀ ਤੁਸੀਂ ਉਹਨਾਂ ਪੁਲਿਸ ਵਾਲੇ ਵੀਰਾਂ ਨੂੰ ਵਿਖਾ ਸਕਦੇ ਹੋ। ਅਗਰ ਜੇ ਉਹ ਇਹ ਕਹਿੰਦੇ ਨੇ ਕਿ ਵੇਖੋ ਜੀ ਤੁਹਾਡੀ ਆਰਸੀ ਅੰਗਰੇਜ਼ੀ 'ਚ ਲਿਖੀ ਹੈ, ਇਹ ਪੰਜਾਬੀ ਦਾ ਐਕਟ ਜਿਹੜੀ ਉਹ ਗੱਲ ਕਰ ਰਿਹਾ ਹੈ, ਅਤੇ ਆਪਾਂ ਕਹਿ ਸਕਦੇ ਹਾਂ ਕਿ ਇਹ ਕਸੂਰ ਸਾਡਾ ਨਹੀਂ, ਸਰਕਾਰਾਂ ਦਾ, ਅਤੇ ਜਿਹੜਾ ਸਾਡਾ ਚਲਾਨ ਤੁਸੀਂ ਕੱਟ ਰਹੇ ਹੋ ਉਹਨਾਂ ਦਾ ਕੱਟੋ, ਜਿਨ੍ਹਾਂ ਲੋਕਾਂ ਨੇ ਪੰਜਾਬੀ ਦੀ ਜਗ੍ਹਾ ਸਾਡੇ ਸਿਰ 'ਤੇ ਹੋਰ ਕੁਛ ਮੜਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਬਾਕੀਆਂ ਦਾ ਮਾਣ ਸਨਮਾਨ ਕਰਦੇ ਹਾਂ, ਪਰ ਪੰਜਾਬੀ ਗੁਰਮੁਖੀ ਨੂੰ ਜਿਉਂਦਾ ਰੱਖਣ ਲਈ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਣੀਆਂ ਗੱਡੀਆਂ ਦੇ ਨੰਬਰ ਜਿਹੜੇ ਨੇ ਪੰਜਾਬੀ 'ਚ ਲਿਖੋ। ਅਗਰ ਤੁਹਾਨੂੰ ਕੋਈ ਜ਼ਰੂਰਤ ਪੈਂਦੀ ਹੈ, ਕਿਸੇ ਕਿਸਮ ਦੀ ਸਮੱਸਿਆ ਆਉਂਦੀ ਹੈ, ਆਹ ਕਾਪੀ ਤੁਸੀਂ ਸਾਡੇ ਤੋਂ ਲੈ ਸਕਦੇ ਹੋ, ਇਹ ਤੁਸੀਂ ਆਪਣੇ ਕੋਲ ਰੱਖੋ। ਕੋਈ ਬੰਦਾ ਤੁਹਾਡਾ ਚਲਾਨ ਨਹੀਂ ਕੱਟ ਸਕਦਾ, ਜਿਹੜਾ ਕੱਟੂਗਾ ਇਹਦੇ ਮੁਤਾਬਕ ਫਿਰ ਆਪਾਂ ਵੀ ਉਹਦਾ ਚਲਾਨ ਕੱਟ ਸਕਦੇ ਹਾਂ। ਇਸ ਲਈ ਸਾਰਿਆਂ ਨੂੰ ਬੇਨਤੀ ਕਰਦਾ ਹੈ 550 ਸਾਲ ਗੁਰਮੁਖੀ ਮਾਂ ਬੋਲੀ ਪੰਜਾਬੀ ਦੇ ਨਾਲ ਆਓ। ਇਹ ਮਰਦਾਂ ਦੀ ਬਾਣੀ ਹੈ ਅਤੇ ਮਰਦ ਹੀ ਇਹਨੂੰ ਪੜ੍ਹਦੇ ਸੁਣਦੇ ਨੇ ਅਤੇ ਉਹਦੇ 'ਤੇ ਚੱਲਦੇ ਨੇ। ਆਓ 550 ਸਾਲ ਮਾਂ ਬੋਲੀ ਗੁਰਮੁਖੀ ਪੰਜਾਬੀ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਅੱਗੇ ਤੋਂ ਜੇ ਕੋਈ ਪੁਲਿਸ ਕਰਮਚਾਰੀ ਤੁਹਾਡੇ ਵਾਹਨ ਦਾ ਇਸ ਗੱਲੋਂ ਚਲਾਨ ਕਰਨ ਦੀ ਗੱਲ ਕਰੇ ਕਿ ਤੁਹਾਡੇ ਵਾਹਨ ਦਾ ਨੰਬਰ ਪੰਜਾਬੀ ਵਿੱਚ ਲਿਖਵਾਇਆ ਹੈ ਤਾਂ ਇਹ ਸਬੂਤ ਉਹਨਾਂ ਨੂੰ ਦਿਖਾ ਸਕਦੇ ਹੋ। ਪੁਲਿਸ ਵਾਲੇ ਕਦੇ ਵੀ ਤੁਹਾਡਾ ਪੰਜਾਬੀ ਵਿੱਚ ਲਿਖੀ ਨੰਬਰ ਪਲੇਟ ਦਾ ਚਲਾਨ ਨਹੀਂ ਕਰ ਸਕਦੇ। ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ, ਸੰਗਤ ਨਾਲ ਸਾਂਝੀ ਕਰੋ, ਤਾਂ ਜੋ ਜਿਨ੍ਹਾਂ ਅੰਦਰ ਇਹ ਭੁਲੇਖਾ ਹੈ ਕਿ ਪੰਜਾਬੀ ਵਿੱਚ ਨੰਬਰ ਲਿਖਵਾਉਣ 'ਤੇ ਚਲਾਨ ਹੁੰਦਾ, ਉਹ ਬਿਨਾਂ ਕਿਸੇ ਡਰ ਪੰਜਾਬੀ ਵਿੱਚ ਨੰਬਰ ਲਿਖਵਾ ਸਕਣ। ਵੀਡੀਓ ਸੰਬੰਧੀ ਆਪਣੇ ਸਵਾਲ ਅਤੇ ਸੁਝਾਅ ਸਾਨੂੰ ਥੱਲੇ ਟਿੱਪਣੀ ਵਾਲੇ ਖਾਨੇ ਵਿੱਚ ਜ਼ਰੂਰ ਦਿਓ ਜੀ। ਧੰਨਵਾਦ।